बैठो सब ठीक ठाक किन्नी दूर तुम आए हो? अच्छा किन्ने किन्ने का मतलब डेढ़ घंटा दो घंटे लगे? दो घंटे लगे। अच्छा 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 ठीक है ठीक है। सो कुछ कुछ गलबात करनी थी अपनी फाइल के बारे। किन्ना किन्ना टाइम हो गया जी मेडिकल रिक्वेस्ट मैं देख लेना। मेडिकल रिक्वेस्ट करूँ कदों तुम ये दिते मेडिकल रिक्वेस्ट? 18 मार्च में बस हूँ तो मेरे ख्याल। अच्छा मार्च में अपडेट हो गया से। अच्छा अच्छा ठीक है ठीक है ठीक है ठीक है। आ लो जी मई 12 में चिट्ठी आ गई थोड़ी। पढ़ो तो सही कभी चिट्ठी है पढ़ दो कोई नहीं थोड़ी कंप्यूटर खोल। दिस इज रेफरेंस टू योर एप्लीकेशन फॉर टेंपरेरी रेजिडेंस। अ फाइनल डिसीजन हैज बीन मेड ऑन योर एप्लीकेशन। वी रिक्वायर योर पासपोर्ट टू फाइनलाइज प्रोसेसिंग योर एप्लीकेशन। पीपीआर है सर। थैंक यू सर जी। कमाल करता तुसी देखो पीपीआर ਤੁਹਾਡੇ ਕੋਲ ਹੈ। ਅੱਜ ਹੈ ਨਾ 13 ਤਰੀਕ ਹੈ ਕੱਲ ਰਾਤ ਆਈ ਹੈ। ਤੇ ਦੇਖ ਲਓ ਮੇਰੇ ਖਿਆਲ ਜਦ ਤੁਸੀਂ ਯਾਦ ਕੀਤਾ ਮੇਰੇ ਖਿਆਲ ਤੁਹਾਡੇ ਦਿਮਾਗ 'ਚ ਜਿਹੜੀ ਤਰੰਗਾ ਚੱਲ ਰਹੀ ਹੈ ਕਿ ਵੀ ਹੋਇਆ ਹੋਇਆ ਨਹੀਂ ਹੈ ਉੱਧਰ ਉਹਨਾਂ ਨੂੰ ਖਬਰ ਹੋ ਗਈ ਕਿ ਵੀ ਬੰਦਾ ਪਰੇਸ਼ਾਨ ਹੈ ਇਹਨੂੰ ਕੁਛ ਨਾ ਕੁਛ ਕਰੀਏ ਇਹਨੂੰ ਪਾਈਏ ਕੁਛ ਤੁਹਾਨੂੰ ਮੈਂ ਜੀ ਮਿਲ ਕੇ ਇਹ ਤੁਹਾਨੂੰ ਵੀ ਕਿਉਂ ਨਹੀਂ ਹੋ ਰਹੀ ਜਾਂ। ਅੱਛਾ ਤੁਸੀਂ ਆਹੀ ਪੁੱਛਣ ਆਏ ਸੀ ਕਿ ਵੀ ਕਿਉਂ ਨਹੀਂ ਹੋ ਰਹੀ? ਤੁਸੀਂ ਇਹ ਦੇਖ ਲਓ ਕਿ ਅਗਰ ਜੇ ਤੁਸੀਂ ਕੱਲ੍ਹ ਮਿਲਦੇ ਮੈਨੂੰ ਕੱਲ੍ਹ ਮੈਂ ਸਵੇਰ ਦਾ ਆਇਆ ਹੋਇਆ ਇੱਥੇ ਅਤੇ ਇਹ ਲੈਟਰ ਤਾਂ ਸ਼ਾਮ ਆਈ ਹੋਈ ਹੈ। ਤੁਸੀਂ ਬਿਲਕੁਲ ਸਹੀ ਟਾਈਮ 'ਤੇ ਸ਼ੋਟ ਕੀਤੀ ਹੈ ਅਸੀਂ। ਠੀਕ ਹੈ ਜੀ ਫਾਰੂਕ ਸਾਹਿਬ ਠੀਕ ਹੈ। ਹਾਂਜੀ ਹਾਂਜੀ ਬਸ ਠੀਕ ਹੈ। ਇੱਦੂ ਖੁਸ਼ੀ ਹੋਰ ਕਿਹੜੀ ਹੋਣੀ? ਇਹਦੇ ਪਿੱਛੇ ਤਾਂ ਅਸੀਂ ਕਿੰਨਾ ਟਾਈਮ ਸੁੱਖਰਾ ਸੁੱਖੀ ਜਾਂਦੇ ਹਾਂ ਜੀ ਵੀ ਛੇਤੀ ਆ ਜੇ ਛੇਤੀ ਹੋ ਜੇ। ਬਾਕੀ ਪੀ ਪੀ ਆਪ ਸੁਖਮਾ ਬੀ ਨੇ ਵੀ ਦੱਸਿਆ ਜੀ ਸਰ ਜੀ। ਸੋ ਬਸ ਇਹ ਤਾਂ ਕੰਮ ਪਤਾ ਹੈ ਬਸ ਹੁੰਦੇ ਇਹ ਚਿੱਠੀ ਉਹਨਾਂ ਨੇ ਤੁਹਾਨੂੰ ਭੇਜ ਦੇਣੀ ਉਹਨੇ ਤੁਹਾਨੂੰ ਭੇਜ ਦੇਣੀ ਅਤੇ ਚਿੱਠੀ ਤੁਸੀਂ ਜਾ ਕੇ ਆਪਣਾ ਨਾਮ ਕੋਰੀਅਰ ਉਹ ਕਰੋ ਜਿਹੜਾ ਵੀ ਐਫ ਐਸ ਜੂਨ ਲਾਡ ਵਾਲਾ। ਬਸ ਹਫ਼ਤੇ ਦੋ ਹਫ਼ਤੇ ਦਾ ਤੁਹਾਡਾ ਵੀਜ਼ਾ ਤਿਆਰ ਹੈ। ਟਿਕਟ ਕਰਾਓ ਅਤੇ ਨਿਕਲੋ ਬਸ। ਗਰਮੀ ਬਹੁਤ ਵੇਖ ਲਈ ਤੁਸੀਂ ਉਹਨਾਂ ਨੂੰ ਨਿਕਲੋ ਇਸ ਤੋਂ।